ਆਪਣੀ ਆਪਣਾ ਨਿਗਾ ਰੋਡ ਕਲਾਰਾ ਮੋੜ ਤੋਂ ਪਹਿਲਾਂ ਦੁਕਾਨ ਹੈ ਜੀ ਆਪਣੀ, ਸ਼ੇਰੇ ਪੰਜਾਬ ਕੰਡੇ ਦੇ ਸਾਹਮਣੇ ਜੀ। ਕੀ ਨੁਕਸਾਨ ਹੋਇਆ ਤੁਹਾਡੇ? ਆਪਣਾ ਜੀ 2 ਲੱਖ, 2.25 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਸਾਨੂੰ ਸਵੇਰੇ 8 ਵਜੇ ਪਤਾ ਲੱਗਾ ਜੀ ਵੀ ਅਸੀਂ ਜਦੋਂ ਦੁਕਾਨ ਖੋਲ੍ਹੀ ਆ ਕੇ ਵੀ ਅੰਦਰ ਆ ਕੇ ਵੇਖਿਆ ਤਾਂ ਪਾਠ ਪਾਇਆ ਹੋਇਆ, ਜੋ ਮਹਿੰਗਾ ਸਮਾਨ ਸੀ, ਬੈਟਰੀਆਂ, ਤਾਂਬਾ, ਅਲਟੀਨੇਟਰ, ਸਲਫਾਂ, ਵੀ ਕੋਈ ਚੀਜ਼ ਛੱਡੀ ਨਹੀਂ ਹੈਗੀ, ਮਹਿੰਗੀ ਜਿੰਨੀ ਵੀ ਸੀ ਸਾਰੀ ਲੈ ਗਏ ਨੇ ਅਸੀਂ। ਬਹੁਤ ਕੈਮਰੇ ਸਾਡੇ ਲੱਗੇ ਹੋਏ ਨੇ ਜੀ, ਸਾਰੇ ਕੈਮਰੇ ਸਾਡਾ DVR ਵੀ ਪੁੱਟ ਕੇ ਲੈ ਗਏ ਨੇ, DVR ਵੀ ਨਹੀਂ ਛੱਡਿਆ ਹੈਗਾ, ਕੈਮਰੇ ਸਾਡੇ ਫੋਟੋ ਖਿੱਚ ਕੇ ਵੇਖ ਲਓ ਪੁੱਠੇ ਕਰ ਗਏ ਨੇ ਜੀ ਸਾਰੇ, ਇਕੱਲਾ ਇਕੱਲਾ ਸਾਡਾ ਕੈਮਰਾ ਲੱਗਾ ਹੋਇਆ, ਅਸੀਂ ਆਪ ਕੈਮਰੇ ਵਧੀਆ ਢੰਗ ਨਾਲ ਲਵਾਏ। ਲਗਾਤਾਰ ਚੋਰੀ ਹੋ ਰਹੀ ਹੈ ਜੀ, ਲਗਾਤਾਰ ਚੋਰੀ ਹੋ ਰਹੀ ਜੀ, ਮੇਰੀ 4 ਵਾਰੀ ਚੋਰੀ ਹੋ ਚੁੱਕੀ ਹੈ ਜੀ, 4 ਵਾਰੀ ਚੋਰੀ ਮੇਰੀ ਹੋ ਚੁੱਕੀ ਸੀ, ਪਹਿਲੇ 1-1.5 ਲੱਖ ਦਾ ਸਮਾਨ ਗਿਆ, ਉਸ ਤੋਂ ਬਾਅਦ ਹੁਣ ਫੇਰ ਚੱਕਿਆ ਗਿਆ ਜੀ, ਮਹੀਨਾ ਕੁ ਹੋਇਆ, ਬਾਕੀ ਕੋਈ ਉਹ ਨਹੀਂ ਹੈਗੀ ਸਾਡੀ, ਕੋਈ ਉਰੇ ਸੁਣਵਾਈ ਨਹੀਂ ਹੁੰਦੀ ਸਾਡੀ ਪੂਰੀ, ਉਰੇ ਕੋਈ ਵੀ ਪੁਲਿਸ ਨੂੰ ਸ਼ਿਕਾਇਤ ਕਰਦੇ ਹੋ? ਸ਼ਿਕਾਇਤ ਕਰਦੇ ਆ ਜੀ। ਕੋਈ ਅੱਜ ਤੱਕ ਕੋਈ ਟਰੇਸ ਹੋਈ ਚੋਰੀ? ਟਰੇਸ ਕੋਈ ਨਹੀਂ ਹੋਈ ਚੋਰੀ ਅੱਜ ਤੱਕ, ਕੋਈ ਚੋਰੀ? ਹਾਂ, ਉਹ ਕਹਿੰਦੇ ਨੇ ਸ਼ੱਕ ਕਰੋ, ਸ਼ੱਕ ਨੂੰ ਕਿਹਨੂੰ ਕਹੀਏ, ਅਸੀਂ ਨਜਾਇਜ਼ ਕਿਹਾ ਨਹੀਂ ਜਾਂਦਾ ਜੀ ਕਿਸੇ ਨੂੰ, ਜੇਕਰ ਮੌਕੇ 'ਤੇ ਬੰਦਾ ਫੜਾਂਗੇ ਤਾਂ ਹੀ ਕਿਹਾ ਜਾਊ ਜੀ। ਕਿਸ ਤਰ੍ਹਾਂ ਦੇ ਲੋਕ ਹੋ ਸਕਦੇ ਹੈ, ਕਿੰਨੇ ਕੁ ਬੰਦੇ ਦਾਖਲ ਹੋਏ ਇਸ ਦੁਕਾਨ ਦੇ ਵਿੱਚ? 5-6 ਬੰਦੇ ਹੁੰਦੇ ਨੇ ਜਿਹੜੇ ਚੋਰੀ ਕਰਦੇ ਨੇ ਜੀ, 5-6 ਬੰਦੇ ਤੋਂ ਘੱਟ ਹੁੰਦੇ ਨੇ ਜੀ। ਹਾਂ, ਮਹੀਨਾ ਹੀ ਟੱਪਦਾ ਜੀ ਆ ਮਾਰਕੀਟ ਦੇ ਵਿੱਚ, ਕਿਸੇ ਨਾ ਕਿਸੇ ਦੀ ਚੋਰੀ ਹੁੰਦੀ ਹੁੰਦੀ ਹੈ ਜੀ। ਅਸੀਂ ਨਾ ਜੀ ਰਾਤ ਸਾਰੀ ਗਸ਼ਤ ਕਰਦੇ ਹਾਂ, ਪਰ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਚੋਰਾਂ ਦਾ, ਵੀ ਜਦੋਂ ਵੀ ਵਾਰਦਾਤ ਕਰਦੇ ਨੇ, ਠੀਕ ਹੈ ਜੀ, ਅਸੀਂ ਉਹਦੀ ਪੜਤਾਲ ਕਰਕੇ ਜੋ ਵੀ ਕਾਰਵਾਈ ਹੋਏਗੀ ਉਹ ਕਾਰਵਾਈ ਕੀਤੀ ਜਾਵੇਗੀ। ਅੱਛਾ, ਮੁਲਾਜ਼ਮਾਂ ਦੀ ਘਾਟ ਵੀ ਦਿੱਕਤ ਖਾਣੇ 'ਚ? ਉਹ ਤਾਂ ਪਤਾ ਹੀ ਹੈ ਜੀ, ਡਿਊਟੀ ਵਗੈਰਾ ਜ਼ਿਆਦਾ ਪੈਂਦੀ ਹੈ ਜੀ, ਕੰਮ ਕਰ ਜ਼ਿਆਦਾ। ਹਾਂ, ਮੁਲਾਜ਼ਮ ਹੈਗੇ ਜੀ, ਥੋੜ੍ਹੇ ਘੱਟ ਹੈਗੇ ਨੇ, ਪਰ ਅਸੀਂ ਫਿਰ ਵੀ ਸਾਰੀ ਰਾਤ ਗਸ਼ਤ ਕਰਦੇ ਹਾਂ ਜੀ, ਇਹਨਾਂ ਨੂੰ ਮਤਲਬ ਚੈੱਕ ਕਰਦੇ ਹਾਂ ਜੀ, ਵਹੀਕਲਾਂ ਨੂੰ ਜਿਹੜੇ ਰਾਤ ਨੂੰ ਅਵਾਰਾ ਫਿਰਦੇ ਨੇ ਜੀ, ਜਾਂ ਜੋ ਵੀ ਇਹ ਗੱਡੀਆਂ ਵਗੈਰਾ ਚੈੱਕ ਕਰਦੇ ਹਾਂ ਜੀ। ਬਿਲਕੁਲ ਜੀ, CCTV ਕੈਮਰੇ ਚੈੱਕ ਕਰਕੇ ਜੀ ਜੋ ਵੀ ਸਾਹਮਣੇ ਚੀਜ਼ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜੀ। ਆਪਣੀ ਭਵਾਨੀ ਗੜ੍ਹ ਰੋਡ ਕਲਾਰਾ ਮੋੜ ਤੋਂ ਪਹਿਲਾਂ ਦੁਕਾਨ ਹੈ ਜੀ ਆਪਣੀ, ਸ਼ੇਰੇ ਪੰਜਾਬ ਕੰਡੇ ਦੇ ਸਾਹਮਣੇ ਜੀ। ਕੀ ਨੁਕਸਾਨ ਹੋਇਆ ਤੁਹਾਡੇ? ਕਿਸ ਤਰ੍ਹਾਂ? ਆਪਣਾ ਜੀ 2 ਲੱਖ, 2.25 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਸਾਨੂੰ ਸਵੇਰੇ 8 ਵਜੇ ਪਤਾ ਲੱਗਾ ਜੀ ਵੀ ਅਸੀਂ ਜਦੋਂ ਦੁਕਾਨ ਖੋਲ੍ਹੀ ਆ ਕੇ ਵੀ ਅੰਦਰ ਆ ਕੇ ਵੇਖਿਆ ਤਾਂ ਪਾਠ ਪਾਇਆ ਹੋਇਆ, ਜੋ ਮਹਿੰਗਾ ਸਮਾਨ ਸੀ, ਬੈਟਰੀਆਂ, ਤਾਂਬਾ, ਅਲਟੀਨੇਟਰ, ਸਲਫਾਂ, ਵੀ ਕੋਈ ਚੀਜ਼ ਛੱਡੀ ਨਹੀਂ ਹੈਗੀ, ਮਹਿੰਗੀ ਜਿੰਨੀ ਵੀ ਸੀ ਸਾਰੀ ਲੈ ਗਏ ਨੇ ਅਸੀਂ। ਬਹੁਤ ਕੈਮਰੇ ਸਾਡੇ ਲੱਗੇ ਹੋਏ ਨੇ ਜੀ ਸਾਰੇ, ਕੈਮਰੇ ਸਾਡਾ DVR ਵੀ ਪੁੱਟ ਕੇ ਲੈ ਗਏ ਨੇ, DVR ਵੀ ਨਹੀਂ ਛੱਡਿਆ ਹੈਗਾ, ਕੈਮਰੇ ਸਾਡੇ ਫੋਟੋ ਖਿੱਚ ਕੇ ਵੇਖ ਲਓ ਪੁੱਠੇ ਕਰ ਗਏ ਨੇ ਜੀ ਸਾਰੇ, ਇਕੱਲਾ ਇਕੱਲਾ ਸਾਡਾ ਕੈਮਰਾ ਲੱਗਾ ਹੋਇਆ, ਅਸੀਂ ਆਪ ਕੈਮਰੇ ਵਧੀਆ ਢੰਗ ਨਾਲ ਲਵਾਏ। ਲਗਾਤਾਰ ਚੋਰੀ ਹੋ ਰਹੀ ਹੈ ਜੀ? ਲਗਾਤਾਰ ਚੋਰੀ ਹੋ ਰਹੀ ਜੀ, ਮੇਰੀ 4 ਵਾਰੀ ਚੋਰੀ ਹੋ ਚੁੱਕੀ ਹੈ ਜੀ, 4 ਵਾਰੀ ਚੋਰੀ ਮੇਰੀ ਹੋ ਚੁੱਕੀ ਸੀ, ਪਹਿਲੇ 1-1.5 ਲੱਖ ਦਾ ਸਮਾਨ ਗਿਆ, ਉਸ ਤੋਂ ਬਾਅਦ ਹੁਣ ਫੇਰ ਚੱਕਿਆ ਗਿਆ ਜੀ, ਮਹੀਨਾ ਕੁ ਹੋਇਆ, ਬਾਕੀ ਕੋਈ ਉਹ ਨਹੀਂ ਹੈਗੀ ਸਾਡੀ, ਕੋਈ ਉਰੇ ਸੁਣਵਾਈ ਨਹੀਂ ਹੁੰਦੀ ਸਾਡੀ ਪੂਰੀ, ਉਰੇ ਕੋਈ ਵੀ ਪੁਲਿਸ ਨੂੰ ਸ਼ਿਕਾਇਤ ਕਰਦੇ ਹੋ? ਸ਼ਿਕਾਇਤ ਕਰਦੇ ਆ ਜੀ। ਕੋਈ ਅੱਜ ਤੱਕ ਕੋਈ ਟਰੇਸ ਹੋਈ ਚੋਰੀ? ਟਰੇਸ ਕੋਈ ਨਹੀਂ ਹੋਈ ਚੋਰੀ ਅੱਜ ਤੱਕ, ਕੋਈ ਚੋਰੀ? ਹਾਂ, ਉਹ ਕਹਿੰਦੇ ਨੇ ਸ਼ੱਕ ਕਰੋ, ਸ਼ੱਕ ਨੂੰ ਕਿਹਨੂੰ ਕਹੀਏ, ਅਸੀਂ ਨਜਾਇਜ਼ ਕਿਹਾ ਨਹੀਂ ਜਾਂਦਾ ਜੀ ਕਿਸੇ ਨੂੰ, ਜੇਕਰ ਮੌਕੇ 'ਤੇ ਬੰਦਾ ਫੜਾਂਗੇ ਤਾਂ ਹੀ ਕਿਹਾ ਜਾਊ ਜੀ। ਕਿਸ ਤਰ੍ਹਾਂ ਦੇ ਲੋਕ ਹੋ ਸਕਦੇ ਹੈ, ਕਿੰਨੇ ਕੁ ਬੰਦੇ ਦਾਖਲ ਹੋਏ ਇਸ ਦੁਕਾਨ ਦੇ ਵਿੱਚ? 5-6 ਬੰਦੇ ਹੁੰਦੇ ਨੇ ਜਿਹੜੇ ਚੋਰੀ ਕਰਦੇ ਨੇ ਜੀ, 5-6 ਬੰਦੇ ਤੋਂ ਘੱਟ ਹੁੰਦੇ ਨੇ ਜੀ। ਹਾਂ, ਮਹੀਨਾ ਹੀ ਟੱਪਦਾ ਜੀ ਆ ਮਾਰਕੀਟ ਦੇ ਵਿੱਚ, ਕਿਸੇ ਨਾ ਕਿਸੇ ਦੀ ਚੋਰੀ ਹੁੰਦੀ ਹੁੰਦੀ ਹੈ ਜੀ। ਅਸੀਂ ਨਾ ਜੀ ਰਾਤ ਸਾਰੀ ਗਸ਼ਤ ਕਰਦੇ ਹਾਂ, ਪਰ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਚੋਰਾਂ ਦਾ, ਵੀ ਜਦੋਂ ਵੀ ਵਾਰਦਾਤ ਕਰਦੇ ਨੇ, ਠੀਕ ਹੈ ਜੀ, ਅਸੀਂ ਉਹਦੀ ਪੜਤਾਲ ਕਰਕੇ ਜੋ ਵੀ ਕਾਰਵਾਈ ਹੋਏਗੀ ਉਹ ਕਾਰਵਾਈ ਕੀਤੀ ਜਾਵੇਗੀ। ਅੱਛਾ, ਮੁਲਾਜ਼ਮਾਂ ਦੀ ਘਾਟ ਵੀ ਦਿੱਕਤ ਖਾਣੇ 'ਚ? ਉਹ ਤਾਂ ਪਤਾ ਹੀ ਹੈ ਜੀ, ਡਿਊਟੀ ਵਗੈਰਾ ਜ਼ਿਆਦਾ ਪੈਂਦੀ ਹੈ ਜੀ, ਕੰਮ ਕਰ ਜ਼ਿਆਦਾ। ਹਾਂ, ਮੁਲਾਜ਼ਮ ਹੈਗੇ ਜੀ, ਥੋੜ੍ਹੇ ਘੱਟ ਹੈਗੇ ਨੇ, ਪਰ ਅਸੀਂ ਫਿਰ ਵੀ ਸਾਰੀ ਰਾਤ ਗਸ਼ਤ ਕਰਦੇ ਹਾਂ ਜੀ, ਇਹਨਾਂ ਨੂੰ ਮਤਲਬ ਚੈੱਕ ਕਰਦੇ ਹਾਂ ਜੀ, ਵਹੀਕਲਾਂ ਨੂੰ ਜਿਹੜੇ ਰਾਤ ਨੂੰ ਅਵਾਰਾ ਫਿਰਦੇ ਨੇ ਜੀ, ਜਾਂ ਜੋ ਵੀ ਇਹ ਗੱਡੀਆਂ ਵਗੈਰਾ ਚੈੱਕ ਕਰਦੇ ਹਾਂ ਜੀ। ਦੇਖੋ, ਬਿਲਕੁਲ ਜੀ, CCTV ਕੈਮਰੇ ਚੈੱਕ ਕਰਕੇ ਜੀ ਜੋ ਵੀ ਸਾਹਮਣੇ ਚੀਜ਼ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜੀ।